ਮਾਈ ਗਾਡਸ ਕੁਛ ਨਹੀਂ ਦਿਖ ਰਿਹਾ ਮੈਨੂੰ, ਕੁਛ ਨਹੀਂ ਦਿਖ ਰਿਹਾ, ਚਲੋ ਇੱਕ ਤਾਂ ਮੈਨੂੰ ਵੀ ਨਹੀਂ ਰਿਹਾ ਬਸ, ਕੋਈ ਨਹੀਂ। ਹੈਲੋ ਐਵਰੀਵਨ, ਵੈਲਕਮ ਟੂ ਅਵਰ ਯੂਟਿਊਬ ਚੈਨਲ। ਕਿਵੇਂ ਹੋ ਸਾਰੇ? ਐਂਡ ਤੁਸੀਂ ਸੋਚ ਰਹੇ ਹੋਗੇ ਅਸੀਂ ਸਾਰੇ ਐਨਕਾਂ ਲਾ ਕੇ ਰਾਤ ਨੂੰ ਵੀਡੀਓ, ਪਰ ਤੁਹਾਨੂੰ ਕਿੱਦਾਂ ਪਤਾ ਰਾਤ ਨੂੰ, ਬਟ ਅਸੀਂ ਐਨਕਾਂ ਲਾ ਕੇ ਰੂਮ 'ਚ ਵੀਡੀਓ ਕਿਉਂ ਬਣਾ ਰਹੇ ਹਾਂ, ਪਰ ਅਸੀਂ ਦੱਸ ਦਿੱਤਾ ਸਾਰੇ ਗਾਇਜ਼, ਇਟਸ ਓਕੇ। ਅਤੇ ਅਸੀਂ ਵੈਸੇ ਹੀ ਸੋਚ ਰਹੇ ਸੀ ਕਿ ਮੈਂ ਤਾਂ ਝੱਲੀ ਲੱਗ ਰਹੀ ਸੀ, ਮੈਂ ਸਾਰਿਆਂ ਨੂੰ ਝੱਲੇ ਬਣਾ ਦਿੱਤਾ ਕਿਉਂਕਿ ਮੈਂ ਵੀ ਲਾਈਆਂ ਹਾਂ, ਫਿਰ ਮੈਂ ਕਿਹਾ ਤੁਸੀਂ ਸਾਰੇ ਵੀ ਲਾਓ। ਸੋ ਅੱਜ ਦਾ ਇਹ ਵਲੌਗ ਹੋਣ ਵਾਲਾ ਬਹੁਤ ਇੰਟਰਸਟਿੰਗ, ਕਿਉਂਕਿ ਮੇਰੇ ਕੋਲ ਪਈਆਂ ਸੀ ਤਿੰਨ ਪੈਂਟਾਂ, ਤਿੰਨ ਚਾਰ ਪੈਂਟਾਂ ਜੋ ਮੇਰੇ ਸ਼ੂਜ਼ ਆ, ਐਂਡ ਇੱਕ ਤਾਂ ਮਤਲਬ ਦੋ ਮੇਰੇ ਹਾਈਟ 'ਚ, ਲੈਂਥ 'ਚ, ਸੋਰੀ ਹਾਈਟ ਕਹਿ ਰਹੀ ਹੋ, ਮਾਈ ਗੋਡ, ਟੰਗ ਆਫ ਸਲੀਪ ਉਹਦੇ ਲਈ, ਆਮ ਸੋਰੀ। ਅਤੇ ਦੋ ਲੈਂਥ ਵੀ ਛੋਟੀਆਂ ਸੀ ਅਤੇ ਦੋ ਖੁੱਲੀਆਂ ਸੀ। ਅਤੇ ਅੱਜ ਆਪਾਂ ਉਹਨਾਂ ਦਾ ਕਰਾਂਗੇ DIY। ਓਕੇ ਗਾਈਸ, ਚਲੋ ਕਰਦੇ ਹਾਂ ਸਟਾਰਟ। ਅਤੇ ਸਭ ਤੋਂ ਪਹਿਲੀ ਪੈਂਟ ਹੈਗੀ ਆਪਣੀ ਇਹ ਵਾਲੀ, ਜੋ ਕਿ ਹੈਗੀ H&M ਤੋਂ। ਇਹ ਮੈਨੂੰ ਲੱਗਦਾ ਮੈਨੂੰ ਹੋ ਗਏ 2-2.5 ਸਾਲ। ਵਾਹ, ਸਟਾਰਟ ਵੀ ਤਾਂ ਕਰੋ, ਉਦੋਂ ਤਾਂ ਅਸੀਂ ਜਿੰਨਾ ਵੀ ਬੋਲੇ ਹੋ ਕੋਈ ਨਹੀਂ, ਹੁਣ ਬਟ ਤੁਹਾਨੂੰ ਆਵਾਜ਼ ਕਲੀਅਰ ਆਊਗੀ। ਓਕੇ, ਅਤੇ ਇਹ ਹੈ ਮੇਰੀ ਪਹਿਲੀ ਪੈਂਟ ਜੋ ਕਿ 2-2.5 ਸਾਲ ਤੋਂ ਇੱਦਾਂ ਹੀ ਪਈ ਆ, ਕਿਉਂਕਿ ਇਹ ਲੈਂਥ ਮੇਰੇ ਆਉਂਦੀ ਨਹੀਂ ਆ। ਸੋ ਮੈਂ ਸੋਚਿਆ ਕਿਉਂ ਨਹੀਂ, ਗਰਮੀਆਂ ਆ ਗਈਆਂ, ਆਪਾਂ ਇਹਦੇ ਬਣਾਈਏ ਸ਼ਾਰਟਸ, ਕਿਉਂਕਿ ਉਹ ਤਾਂ ਪੈ ਹੀ ਜਾਣੇ, ਚਲੋ ਉਹ ਤਾਂ ਹੁੰਦੇ ਹੀ ਛੋਟੇ ਨੇ। ਸੋ ਇਹ ਸਾਡੇ ਟੇਲਰ ਸਾਹਿਬ ਜੋ DIY ਕਰਨਗੇ, YY DIY ਸਭ ਕੁਛ ਕਰਨਗੇ। ਮੈਂ ਦੱਸਾਂਗੀ ਉਹ ਸਹੀ ਹੋਇਆ ਆ ਕਿ ਨਹੀਂ ਹੋਇਆ। ਇਹ ਨੇ ਸਾਡੇ ਜੱਜ, ਇਹ ਵੈਸੇ ਵੀ ਜੱਜ ਨੇ, ਓਦਾਂ ਵੀ ਜੱਜ ਨੇ, ਤੇ ਹਰ ਤਰੀਕੇ ਨਾਲ ਜੱਜ ਨੇ, ਬਟ ਇਹ ਬਹੁਤ ਲੇਟ ਲਤੀਫ ਨੇ, ਇਹਨਾਂ ਕਰਕੇ ਅੱਜ ਇੰਨਾ ਹਨੇਰਾ ਹੋ ਗਿਆ। ਇੱਕ ਤਾਂ ਮੇਰੇ ਗੋਡੇ ਤੇ ਸੱਟ ਲੱਗੀ ਹੈ, ਮੈਂ ਗੋਡੇ ਤੇ ਯਾਰ ਉਹ ਵੀ ਲਾਈਏ, ਮੈਂ ਉਹ ਵੀ ਲਾਈਏ, ਕੀ ਕਹਿੰਦੇ ਹੁੰਦੇ ਨੂੰ, ਇਹਨਾਂ ਨੇ ਥੋੜੀ ਮਸਾਜ ਵੀ ਕੀਤੀ ਹੈ, ਔਰ ਫਿਰ ਮੈਂ ਗੋਡੇ ਦੇ ਉੱਤੇ ਗਰਮ ਟੇਪ ਵੀ ਲਾਈ ਹੈ, ਲਗਾਈ ਹੈ, ਪੱਟੀ, ਗਰਮ ਪੱਟੀ, ਸੌਰੀ ਪੱਟੀ। ਪੈਂਟਾਂ ਤੋਂ ਬਣਾਉਣਗੇ ਸ਼ਾਰਟਸ। ਯੈਸ ਯੈਸ, ਲੈਟਸ ਗੋ, ਲੈਟਸ ਗੋ। ਬਾਬੂ ਜੀ ਕੀ ਮੈਂ ਬੋਲਦੀ ਹੂੰ, ਬੋਲਤੀ ਵੀ ਹੈ, ਬੋਲਤੀ ਵੀ ਹੈ, ਬਾਬੂ ਜੀ ਕੀ ਪੈਂਟ ਏਕ ਬਲੰਕ ਛੋਟੀ ਕਰ ਦੀਜੀਏ, ਏਕ ਨਹੀਂ ਕਾਫੀ ਬਲੰਕ ਛੋਟੀ ਕਰਨੀ ਪੜੇਗੀ।
ਵਾਹਿਗੁਰੂ ਸਤਨਾਮ ਲਵਾਣੀ ਪੈਣੀ ਆਪਾਂ ਨੂੰ ਉਹ ਤਾਂ ਆਪਾਂ ਲਾ ਲਾਂਗੇ ਸਾਡਾ ਸੈਟਅਪ ਚੇਂਜ ਹੋ ਚੁੱਕਾ ਆ ਕਿਉਂਕਿ ਸਾਡੇ ਘਰਦਿਆਂ ਨੇ ਸੋਣਾ ਸੀ ਤਾਂ ਅਗਲੇ ਗਾਲਾਂ ਕੱਢ ਰਹੇ ਸੀ ਸਾਨੂੰ ਵੀ ਕਮਰੇ ਚੋਂ ਨਿਕਲੋ ਸੋ ਅਸੀਂ ਨਿਕਲ ਚੁੱਕੇ ਹਾਂ ਅਤੇ ਅਸੀਂ ਆ ਚੁੱਕੇ ਹਾਂ ਆਪਣੇ ਹਾਲ 'ਚ ਡਰਾਇੰਗ ਰੂਮ 'ਚ ਅਤੇ ਹੁਣ ਆਪਾਂ ਸੋਫੇ 'ਤੇ ਬਹਿ ਕੇ ਕੱਟਾਂਗੇ ਆਪਣੀਆਂ ਪੈਂਟਾਂ ਟੰਗਾਂ ਦੇਖਿਆ ਮੈਂ ਕੱਟ ਕਰਨ ਜਾ ਰਹੀ ਹਾਂ ਪੈਂਟ ਬਹੁਤ ਸੋਹਣਾ ਬਣ ਗਿਆ ਹਾਂ
ਮੇਰੇ ਵੱਲੋਂ ਤੁਹਾਨੂੰ 10 out of 10. ਦੂਜਾ ਮਹੂਰਤ ਹੋਣ ਜਾ ਰਿਹਾ ਵਾ ਕਭੀ ਖੁਸ਼ੀ ਆਹੀ ਤੇਲ ਲਾਇਆ ਮੇਰੇ ਗੋਡਿਆਂ ਤੇ ਕਭੀ ਖੁਸ਼ੀ ਕਭੀ ਗਮ ਐਨਰਜੀ ਹੁੰਦੀ ਨਾ ਲਾਈਕ ਵਲੌਗ ਬਣਾਉਣ ਦੀ ਉਹ ਅਲੱਗ ਹੀ ਲੈਵਲ ਤੇ ਹੁੰਦੀ ਇਹਨਾਂ ਦੀ ਆਪਾਂ ਬਾਹਾਂ ਬਣਾ ਲੈਂਦੇ ਮੈਂ ਕਿਹਾ ਮੰਗਾਈ ਸੀ ਜੋ ਕਿ ਬਹੁਤ ਬਕਵਾਸ ਸੀ ਇੱਧਰ ਕਸਟਮਰ ਸਾਹਿਬ ਇੱਧਰ ਜੱਜ ਸਾਹਿਬ ਸੋਰੀ ਜੱਜ ਪਲੱਸ ਟੇਲਰ ਸਾਹਿਬ ਉੱਧਰ ਟੇਲਰ ਪਲੱਸ ਜੱਜ ਸਾਹਿਬ ਅਤੇ ਅਸੀਂ ਤਾਂ ਕਰਤਾ ਹੈ ਕੰਮ ਪਰ ਵਧੀਆ ਕੀਤਾ ਕਿਉਂਕਿ ਇਹ ਜੀਨਸ ਯਾਰ ਜਿਹੜੀਆਂ ਯੂਜਲੀ ਨਹੀਂ ਹੈਗੀ ਮੰਨ ਲਓ ਤੁਹਾਡੇ ਹਾਈਟ ਦੇ ਅਕੋਰਡਿੰਗ ਜਾਂ ਕੁਛ ਵੀ ਤੁਸੀਂ ਉਹਨਾਂ ਦੇ ਸ਼ਾਰਟਸ ਬਣਾ ਸਕਦੇ ਗਰਮੀਆਂ ਦੇ ਵਿੱਚ ਬਹੁਤ ਵਧੀਆ ਆ ਮੈਂ ਵੀ ਉਹੀ ਕੀਤਾ ਮੈਂ ਸ਼ਾਰਟਸ ਲਏ ਨਹੀਂ ਮੈਂ ਬਣਾ ਲਏ ਅਤੇ ਮੈਨੂੰ ਤਾਂ ਬਹੁਤ ਵਧੀਆ ਲੱਗਾ ਅਤੇ ਇਹਨਾਂ ਨੂੰ ਕੰਮ 'ਤੇ ਲੱਗੇ ਰਹਿਣ ਦਿਓ ਬਾਹਲੇ ਬਿਜ਼ੀ ਲੱਗ ਰਹੇ ਆਪਾਂ ਵਲੌਗ 'ਚ ਬਾਏ ਬਾਏ ਕਹਿ ਦਈਏ ਹੁਣ ਵਧੀਆ ਲੱਗਾ ਹੋਊਗਾ ਸ਼ਿਵਰਾਤਰੀ ਔਰ ਪਹਿਣਾ ਤਾਂ ਦਿਨੇ ਆ ਰਾਤਰੀ ਗਈ ਨਹੀਂ ਆਪਾਂ ਹੁਣ ਸੌਣ ਲੱਗੇ ਨਾ
ਹਾਂ ਓਕੇ ਗਾਈਜ਼, ਇਹ ਮੈਂ ਹੁਣ ਤੁਹਾਨੂੰ ਜਦੋਂ ਵੀ ਆਪਣਾ ਆਊਟਫਿਟ ਇੰਸਪੋ ਉਹਦੇ ਵਿੱਚ ਦਊਂਗੀ ਯੂਟਿਊਬ ਸ਼ਾਰਟਸ ਦੇ ਵਿੱਚ, ਐਂਡ ਉਦੋਂ ਤੁਸੀਂ ਦੇਖ ਲਓ ਯੂਟਿਊਬ ਸ਼ਾਰਟਸ ਦੇ ਵਿੱਚ ਮੇਰੇ ਸ਼ਾਰਟਸ ਤੁਹਾਨੂੰ ਦੱਸਿਆ ਜਾਏਗਾ ਕਿ ਇੱਦਾਂ ਤੁਸੀਂ ਕੀ ਪਾ ਸਕਦੇ ਹੋ। ਯੈਸ, ਤੁਸੀਂ ਕਿੱਦਾਂ ਇਸ ਨੂੰ ਵੀਅਰ ਕਰ ਸਕਦੇ। ਬਹੁਤ ਸਾਰੀਆਂ ਚੀਜ਼ਾਂ ਮੈਂ ਲੈ ਕੇ ਆਈ ਹਾਂ, ਮੈਂ ਉਹਦਾ ਵੀ ਅਲੱਗ ਤੋਂ ਵਲੌਗ ਬਣਾਉਂਗੀ। ਬਹੁਤ ਮਹਿੰਗੀ ਸ਼ਾਪਿੰਗ ਕੀਤੀ ਹੈ, ਬਣਾਉਣਾ ਤਾਂ ਬਣਦਾ ਆ। ਸੋ ਬਾਏ ਬਾਏ, ਮਿਲਦੇ ਹਾਂ, ਗੁੱਡ ਨਾਈਟ, ਬਾਏ ਬਾਏ, ਬਾਏ ਬਾਏ।